ਸਵਾਗਤ ਮੈਂ ਰਮਨ ਸਿੱਧੂ ਲੈ ਕੇ ਹਾਜ਼ਰਾਂ ਇੰਡੀਆ ਸੁਪਰ ਫਾਸਟ ਨਿਊਜ਼ ਆਓ ਜਤ ਮਾਰਦੇ ਆਂ ਖਾਸ-ਖਾਸ ਖਬਰਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਬੰਦੀ ਛੋੜ ਦਿਵਸ ਸੰਬੰਧੀ ਪੋਸਟਰ ਹਟਾਉਣਾ ਮੰਦਭਾਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਸਭਿਆਚਾਰਕ ਮੰਤਰਾਲੇ ਵੱਲੋਂ ਸੋਸ਼ਲ ਮੀਡੀਆ ਮੰਜਾ ਤੋਂ ਬੰਦੀ ਛੋੜ ਦਿਵਸ ਸੰਬੰਧੀ ਪੋਸਟਾਂ ਹਟਾਏ ਜਾਣ ਦਾ ਨੋਟਿਸ ਲਿਆ ਹੈ ਸਟ੍ਰੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੱਖਪਾਤੀ ਵਤੀਰਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਬੇहद ਦੁਖਦਾਈ ਤੇ ਮੰਦਭਾਗ ਹੈ ਕਿ ਕੇਂਦਰ ਸਰਕਾਰ ਦੇ ਮੰਤਰਾਲੇ ਵੱਲੋਂ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਣ ਦੀ ਪੋਸਟ ਪਾਇ ਜਾਣ ਤੋਂ ਬਾਅਦ ਉਸ ਨੂੰ ਹਟਾ ਦਿੱਤਾ ਗਿਆ ਹੈ। ਕਿਸਾਨ ਦਿਵਾਲੀ ਮੌਕੇ ਵੀ ਮੰਡੀਆਂ ਵਿੱਚ ਬੈਠਣ ਲਈ ਮਜਬੂਰ। ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਸੁਸਤ ਖਰੀਦ ਤੇ ਲਿਫਟਿੰਗ ਕਰਕੇ ਅੰਦਾਜ਼ੇ ਦਿਵਾਲੀ ਮੌਕੇ ਵੀ ਮੰਡੀਆਂ 'ਚ ਬੈਠਣ ਲਈ ਮਜਬੂਰ ਨੇ ਸੁਭਾ ਸਰਕਾਰ ਵੱਲੋਂ ਮੌਜੂਦਾ ਸੀਜ਼ਨ ਦੌਰਾਨ 180 ਤੋਂ 185 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਪਰ ਹਾਲੇ ਤੱਕ ਮੰਡੀਆਂ ਵਿੱਚ ਸਿਰਫ 78 ਲੱਖ ਐਮਟੀ ਝੋਨੇ ਦੀ ਆਮਦ ਹੋਈ ਹੈ ਦਿਵਾਲੀ ਦਾ ਤੋਹਫਾ ਪੰਜਾਬ ਦੇ ਮੁਲਾਜ਼ਮਾਂ ਦਾ ਮਹਿੰਗਾਈ ਪਤਾ 4% ਵਧਾਇਆ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਵੱਡਾ ਤੋਹਫਾ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਦੀਰ ਸ਼ਾਮ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 4% ਦੇ ਵਾਧੇ ਦਾ ਐਲਾਨ ਕੀਤਾ ਹੈ ਇਸ ਐਲਾਨ ਮੰਗਰੋ ਮਹਿੰਗਾਈ ਭੱਤਾ 38% ਤੋਂ ਵੱਧ ਕੇ 42% ਹੋ ਗਿਆ ਇਸ ਨਾਲ ਸੂਬਾ ਸਰਕਾਰ ਦੇ 6.50 ਲੱਖ ਤੋਂ ਵੱਧ ਮੁਲਾਜ਼ਮਾਂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਭ ਮਿਲੇਗਾ ਮਾਲਵਿੰਦਰ ਮਾਲੀ ਪਟਿਆਲਾ ਜੀਲ ਚੋਂ ਰਿਹਾ ਉੱਗੇ ਸਮਾਜਿਕ ਚਿੰਤਕ ਤੇ ਰਾਜਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਹੇਠਲੀ ਅਦਾਲਤ ਜੋ ਰਿਹਾਈ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਕੇਂਦਰੀ ਜੇਲ ਪਟਿਆਲਾ ਵਿੱਚੋਂ ਰਿਹਾ ਕਰ ਦਿੱਤਾ ਗਿਆ ਮਾਲੀ ਨੇ ਜੇਲ ਤੋਂ ਰਿਹਾ ਹੋਣ ਮੰਗਰੂ ਕਿਹਾ ਕਿ ਉਹ ਸਰਕਾਰੀ ਜ਼ਬਰ ਤੇ ਜ਼ੁਲਮ ਖਿਲਾਫ ਕਦੇ ਨਹੀਂ ਝੁਕਣਗੇ ਤੇ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ ਤੇਜ਼ ਰਫ਼ਤਾਰ ਕਾਰ ਨੇ ਦਾਦੀ-ਪੋਤੀ ਸਣੇ ਤਿੰਨ ਨੂੰ ਦੜਿਆ ਥਾਣਾ ਬਹਿਰਾਮਪੁਰ ਉਦੀਨ ਪੈਂਦੇ ਪਿੰਡ ਰਾਜਪੁਰ ਦੇ ਬਾਠਾਂ ਵਾਲੇ ਮੋੜ ਤੇ ਇੱਕ ਤੇਜ਼ ਰਫ਼ਤਾਰ ਕਾਰ ਥੱਲੇ ਆਉਣ ਕਾਰਨ ਦਾਦੀ-ਪੋਤੀ ਸਣੇ ਤਿੰਨ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਸੁਦਾ ਸ਼ਰਮਾ ਵਾਸੀ ਪਿੰਡ ਈਸੇਪੁਰ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਸੀ ਰਾਜਪਾਲ ਵੱਲੋਂ ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਰਾਜਪਾਲ ਨੇ ਕਾਮਨਾ ਕੀਤੀ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਸਾਰਿਆਂ ਲਈ ਖੁਸ਼ੀ ਦੇ ਨਾਲ-ਨਾਲ ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਸੂਬਾ ਵਾਸੀਆਂ ਨੂੰ ਦਿਵਾਲੀ ਬੰਦੀ ਛੋੜ ਤੇ ਵਿਸ਼ਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਅਮਨ ਅਰਾਣਾ ਤੇ ਹੋਰਾਂ ਨੇ ਸਾਂਝੇ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਆ ਕਿ ਰੌਸ਼ਨੀਆਂ ਦਾ ਇਹ ਪਵਿੱਤਰ ਤਿਹਾਰ ਆਪਸੀ ਏਕਤਾ ਤੇ ਸੁਧਭਾਵਨਾ ਦਾ ਸੁਨੇਹਾ ਦਿੰਦਾ ਤੇ ਸਭਨਾਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਉਹਨਾਂ ਸੂਬਾ ਵਾਸੀਆਂ ਨੂੰ ਵਿਸ਼ਕਰਮਾ ਦਿਵਸ ਦੀ ਵੀ ਮੁਬਾਰਕਬਾਦ ਦਿੱਤੀ ਹੈ BSF ਵੱਲੋਂ 3 ਤਸਕਰ ਹੈਰੋਇਨ ਸਨੇ ਕਾਬੂ ਸਰਹੱਦ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ 3 ਨਸ਼ਾ ਤਸਕਰਾਂ ਨੂੰ ਹੈਰੋਇਨ ਸਨੇ ਕਾਬੂ ਕੀਤਾ ਗਿਆ ਇਸ ਤੋਂ ਇਲਾਵਾ BSF ਨੇ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਵਿੱਚ ਸਰਹੱਦੀ ਪੱਟੀ ਵਿੱਚੋਂ 5 ਡ੍ਰਾਣ ਪਿਸਤੌਲ ਤੇ 3 ਪੈਕੇਟ ਹੈਰੋਇਨ ਬਰਾਮਦ ਕੀਤੀ ਪ੍ਰਾਲੀ ਸਾੜਨ ਤੋਂ ਰੋਕਣ ਗਏ ਨੋਡਲ ਆਫਸਰ ਦੀ ਕੁਟਮਾਰ ਪਿੰਡ ਸਾਗਰਾ ਵਿੱਚ ਪ੍ਰਾਲੀ ਨੂੰ ਲਗਾਈ ਅੱਗ ਸੰਬੰਧੀ ਉਪਗ੍ਰਹਿ ਤੋਂ ਮਿਲੀ ਲੋਕੇਸ਼ਨ ਤੇ ਪੂਜੇ ਨੋਡਲ ਅਫਸਰ ਦੀ ਕਿਸਾਨਾਂ ਨੇ ਕੋਟਮਾਰ ਕੀਤੀ ਹਸਪਤਾਲ ਵਿੱਚ ਜੇਰੇ ਇਲਾਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਾਵਰਕਾਮ ਡਿਵੀਜ਼ਨ ਪਾਤੜਾ ਸ਼ਹਿਰੀ ਵਿੱਚ ਕੰਮ ਕਰਦਾ ਹੈ ਉਪਗ੍ਰਹਿ ਤੋਂ ਪ੍ਰਾਪਤ ਲੋਕੇਸ਼ਨ ਰਾਹੀਂ ਸੂਚਨਾ ਮਿਲੀ ਕਿ 20 ਅਕਤੂਬਰ ਨੂੰ ਪਿੰਡ ਸਾਗਰਾ ਵਿੱਚ ਕਿਸੇ ਨੇ ਖੇਤਾਂ 'ਚ ਪ੍ਰਾਲੀ ਨੂੰ ਅੱਗ ਲਗਾਈ ਹੈ ਅੰਮ੍ਰਿਤਸਰ ਦੀ ਹਵਾ ਪੰਜਾਬ ਪਰਚੋਂ ਸਭ ਤੋਂ ਪ੍ਰਦੂਸ਼ਿਤ ਦੀਵਾਲੀ ਤੋਂ ਪਹਿਲਾ ਹਫਤਾ ਪਰ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਸ਼ਹਿਰ ਦਾ ਹਵਾ ਗੁਣਵੱਤਾ ਸੂਚਕਾਂਕ ਦਰਮਿਆਨੀ ਤੋਂ ਖਰਾਬ ਸ਼੍ਰੇਣੀ ਵਿੱਚ ਰਿਹਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ 26 ਤੋਂ 30 ਅਕਤੂਬਰ ਤੱਕ 5 ਦਿਨ AQI ਕਾਰਮਵਾਰ 228 310 160 ਤੇ 185 ਰਿਹਾ ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਨਵੰਬਰ ਤੋਂ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸਕੂਲਾਂ ਵਿੱਚ ਵਿਦਿਅਕ ਸੈਸ਼ਨ ਮਾਰਚ ਤੋਂ ਬਦਲ ਕੇ ਨਵੰਬਰ ਕਰ ਦਿੱਤਾ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਉਪ ਰਾਜਪਾਲ ਪ੍ਰਸ਼ਾਸਨ ਦੇ ਫੈਸਲੇ ਨੂੰ ਪਲਟ ਦਿੱਤਾ ਅਬਦੁੱਲਾ ਨੇ ਸਕੂਲ ਸਿੱਖਿਆ ਮੰਤਰੀ ਸਕੀਨਾ ਮਸੂਦ ਇਟੂ ਦੀ ਮੌਜੂਦਗੀ ਵਿੱਚ ਇਸ ਫੈਸਲੇ ਦਾ ਐਲਾਨ ਕੀਤਾ ਦਿੱਲੀ ਅਦਾਲਤ ਵੱਲੋਂ ਗੰਭੀਰ ਖਿਲਾਫ ਨਵੀਂ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਲੀ ਦੀ ਅਦਾਲਤ ਨੇ ਫਲੈਟ ਖਰੀਦਦਾਰਾਂ ਨਾਲ ਧੋਖਾਧੜੀ ਦੇ ਮਾਮਲੇ 'ਚ ਸਾਬਕਾ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਮੁਕੋਚ ਗੌਤਮ ਗੰਭੀਰ ਤੇ ਹੋਰਾਂ ਨੂੰ ਵਰੀ ਕਰਨ ਦੇ ਫੈਸਲੇ ਨੂੰ ਰੱਦ ਕਰਦਿਆਂ ਨਵੀਂ ਜਾਂਚ ਲਈ ਨਿਰਦੇਸ਼ ਦਿੱਤੇ ਨੇ ਜਾਣਕਾਰੀ ਅਨੁਸਾਰ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੂੰ ਰੱਦ ਕੀਤਾ ਹੈ ਫੌਜਾਂ ਪਿੱਛੇ ਹਟੀਆਂ ਹੁਣ ਗਸ਼ਤ ਦੀ ਤਿਆਰੀ ਭਾਰਤੀ ਫੌਜ ਵਿਜਲੇ ਸੂਤਰਾ ਨੇ ਕਿਹਾ ਹੈ ਕਿ ਭਾਰਤੀ ਤੇ ਚੀਨੀ ਫੌਜੀ ਦੀਵਾਲੀ ਮੌਕੇ ਇੱਕ ਦੂਜੇ ਨੂੰ ਮਠਿਆਂਗਾ ਦੇਣਗੇ ਹੁਣ ਜਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਮਠਿਆਈਆਂ ਦਾ ਆਦਾਨ ਪ੍ਰਦਾਨ ਕਿਸ ਥਾਂ ਉਤੇ ਹੋਵੇਗਾ ਹਾਲਾਂਕਿ ਰਵਾਇਤ ਮੁਤਾਬਕ ਭਾਰਤ ਤੇ ਚੀਨ ਦੇ ਸੁਰੱਖਿਆਦਾਸਤੇ ਪੂਰਬੀ ਲਦਾਖ ਸਨੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਸਰਹੱਦੀ ਚੌਕੀਆਂ ਤੇ ਤਿਹਾਰਾਂ ਤੇ ਹੋਰ ਆਮ ਮੌਕੇ ਉਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਨੇ ਕੋਲਕਾਤਾ ਕਾਂਡ 'ਚ ਡਾਕਟਰਾਂ ਵੱਲੋਂ ਸੀਬੀਆਈ ਦਫ਼ਤਰ ਤੱਕ ਮੋਸ਼ਾਲ ਰੈਲੀ ਅੰਦੋਲਨਕਾਰੀ ਯੂਨੀਅਰ ਡਾਕਟਰਾਂ ਨੇ ਆਰਜੀ ਕਰ ਜ਼ਬਰਜਨਾਹ ਤੇ ਕਤਲ ਕੇਸ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਆਮ ਲੋਕਾਂ ਨਾਲ ਮਿਲ ਕੇ ਮੋਸ਼ਾਲ ਰੈਲੀ ਕੀਤੀ ਵੈਸਟਰ ਬੰਗਾਲ ਯੂਨੀਅਰ ਡਾਕਟਰਸ ਫਾਰਮ ਤੇ ਕਈ ਸਿਵਲ ਸੁਸਾਇਟੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਲਟ ਲੀਕ ਵਿੱਚ ਸੈਕਟਰ 3 ਸਥਿਤ ਪੰਜਵੀਂ ਬੰਗਾਲ ਮੈਡੀਕਲ ਕਾਉਂਸਲ ਦੇ ਦਫ਼ਤਰ ਤੋਂ ਸੈਕਟਰ 1 ਵਿੱਚ ਸੀਜੀਓ ਕੰਪਲੈਕਸ ਵਿਚਲੇ सीबीआई ਦਫ਼ਤਰ ਤੱਕ ਰੈਲੀ ਕੀਤੀ ਸੁਪਰੀਮ ਕੋਰਟ ਨੇ ਕਿਹਾ ਕੋਰਟਾਂ ਜਮਾਨਤੀ ਹੁਕਮਾਂ ਤੋਂ 6 ਮਹੀਨੇ ਬਾਅਦ ਬਾਂਡ ਪਾਰਨ ਲਈ ਨਹੀਂ ਆ ਸਕਦੀਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਰਟਾਂ ਜ਼ਮਾਨਤੀ ਹੁਕਮ ਪਾਸ ਹੋਣ ਤੋਂ 6 ਮਹੀਨਿਆਂ ਬਾਅਦ ਮੁਲਜ਼ਮ ਉੱਤੇ ਜ਼ਮਾਨਤੀ ਬਾੜ ਪਰਨ ਦੀ ਸ਼ਰਤ ਨਹੀਂ ਥੋਪ ਸਕਦੀਆਂ ਜਸਟਿਸ ਬੇਲਾ ਅੰਤਰਵੇਦੀ ਤੇ ਜਸਟਿਸ ਸਦੀਸ਼ ਚੰਦਰ ਸ਼ਰਮਾ ਦੇ ਬਿਆਨ ਜਿਹਾ ਹੈ ਕਿ ਜੇ ਕਿ ਇਸ ਦੇ ਗੁਣਦੋਸ਼ਾਂ ਨੂੰ ਲੈ ਕੇ ਕੋਰਟ ਦੀ ਤਸੱਲੀ ਹੈ ਤਾਂ ਉਹ ਜ਼ਮਾਨਤ ਮਨਜ਼ੂਰ ਕਰੇ ਜਾਂ ਫਿਰ ਇਸ ਨੂੰ ਉਠਾਦ ਕਰੇ ਪ੍ਰਾਣ ਪ੍ਰਤੀਸ਼ਟਾ ਮੰਗਰੋ ਅਯੁੱਧਿਆ 'ਚ ਪਹਿਲਾ ਦੀਪ ਉਤਸਵ ਸ਼ੁਰੂ ਅਯੋਧਿਆ ਚ 8ਵਾਂ ਦੀਪ ਉਤਸਵ ਸ਼ੁਰੂ ਹੋ ਗਿਆ ਜਿਸ ਤਹਿਤ ਦੀਵਾਲੀ ਦੀ ਰਾਤ ਤੱਕ 25 ਲੱਖ ਦੀਵੇ ਜਗਾਏ ਜਾਣਗੇ ਉਤਸਵ ਤਹਿਤ ਰਮਾਇਣ ਦੇ ਪਾਤਰਾਂ ਦੀਆਂ ਝਾਕੀਆਂ ਦੇ ਨਾਲ ਇੱਕ ਸ਼ੋਭਾ ਯਾਤਰਾ ਮੰਦਰ ਨਗਰੀ ਚੋਂ ਲੰਗੀ ਜਿਸ ਦਾ ਸ਼ਰਧਾਲੂਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਨਵੇਂ ਬੜੇ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਰਾਮ ਨਗਰੀ ਚ ਪਹਿਲੀ ਵਾਰ ਦੀਪ ਉਤਸਵ ਕਰਵਾਇਆ ਜਾ ਰਿਹਾ ਹੈ ਗੁਜਰਾਤ 'ਚ ਜੈ શ્રી ਮੋਦੀ ਨੇ 284 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨਿਪਟਾਰਾ ਰੱਖਿਆ। ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਨੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ 'ਚ ਇਕਤਾ ਨਗਰ ਵਿਕੇ ਸਟੈਚੂ ਆਫ ਯੂਨਿਟੀ ਦੇ ਦੌਰੇ ਦੌਰਾਨ 284 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨਿਪਟਾਰਾ ਰੱਖਿਆ। શ્રી ਮੋਦੀ ਗੁਜਰਾਤ ਦੇ ਦੂਰੋਜ਼ਾ ਦੌਰੇ ਦੇ ਇਥੇ ਪੁੱਜੇ ਨੇ ਤੇ ਉਹ ਸੂਬੇ 'ਚ ਰਾਸ਼ਟਰੀ ਇਕਤਾ ਦਿਵਸ ਦੇ ਸਮਾਗਮਾਂ 'ਚ ਹਿੱਸਾ ਲੈਣਗੇ। ਆਪ ਨੇ ਕੀਆ ਆਯੂਸ਼ਮਾਨ ਭਾਰਤ ਸਿਰਫ ਫੇਲ ਯੋਜਨਾ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸਟ੍ਰਿਪ ਨੂੰ ਲੈ ਕੇ ਉਹਨਾਂ ਤੇ ਹਮਲਾ ਕੀਤਾ ਹੈ ਕਿ ਦਿੱਲੀ ਤੇ ਪੰਜਵੀਂ ਪਗਾਲਦੀਆਂ ਸਰਕਾਰਾਂ ਨੇ ਸਿਆਸੀ ਹਿੱਤਾਂ ਕਾਰਨ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਨੂੰ ਲਾਗੂ ਨਹੀਂ ਕੀਤਾ ਹੈ ਦਿੱਲੀ ਸਰਕਾਰ ਦੇ ਮੰਤਰੀ ਸੌਰਵ ਭਾਰਤਵਾਜ ਨੇ ਕੇਂਦਰ ਦੀ ਸਿਹਤ ਬੀਮਾ ਯੋਜਨਾ ਨੂੰ ਫੇਲ ਪੈਲ ਘਰਾਰ ਦਿੱਤਾ ਹੈ ਬੰਬ ਦੇ ਧਮਕੀ ਕਾਰਨ ਬਿਊਰੋ ਆਫ ਸਿਵਲ ਐਵੀਏਸ਼ਨ ਵੱਲੋਂ ਨਵੇਂ ਨਿਰਦੇਸ਼ ਜਾਰੀ ਭਾਰਤੀ 에ਰਲਾਈਨਾਂ ਨੂੰ ਨਿਜ਼ਮਤ ਮਿਲ ਰਹੀਆਂ ਬੰਬ ਦੀਆਂ ਧਮਕੀਆਂ ਦਰਮਿਆਨ ਬਿਊਰੋ ਆਫ ਸਿਵਲ ਐਵੀਏਸ਼ਨ ਨੇ ਉੱਭਰਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਸਿਵਲ ਐਵੀਏਸ਼ਨ ਸਿਕਿਉਰਿਟੀ ਤੇ ਇੰਟੈਲੀਜੈਂਸ ਏਜੰਸੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਚਾਸੀ ਕਤਲੇਆਮ ਦਾ 40 ਸਾਲਾਂ ਬਾਅਦ ਵੀ ਪੀੜਤਾਂ ਨੂੰ ਨਾ ਮਿਲਿਆ ਇਨਸਾਫ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਮੰਗਰੋਂ 1984 ਚ ਵੱਡੇ ਪੱਧਰ ਤੇ ਹੋਏ ਸੀ ਕਤਲੇਆਮ ਦੇ ਪੀੜਤਾਂ ਨੂੰ 40 ਸਾਲਾਂ ਬਾਅਦ ਵੀ ਇਨਸਾਫ ਦੀ ਉਡੀਕ ਹੈ। ਹੁਣ ਕੁਝ ਕੇਸਾਂ ਚ ਗੱਲ ਅੱਗੇ ਵਧੀ ਹੈ ਪਰ ਫਿਰ ਵੀ ਇਨਸਾਫ ਲਈ ਲੰਮੀ ਲੜਾਈ ਲੜਨੀ ਪੈ ਰਹੀ ਹੈ। ਕਾਂਗਰਸ ਨੇ ਕਿਹਾ ਮੁੱਲਕ ਸਭ ਤੋਂ ਮੁਸ਼ਕਲ ਆਰਥਿਕ ਹਾਲਾਤ ਚੋਂ ਗੁਜ਼ਰੇ ਹੈ। ਕਾਂਗਰਸ ਨੇ ਦਾਵਾ ਕੀਤਾ ਹੈ ਕਿ ਤਨਖਾਹ ਚ ਖੜੌਤ ਨਾ ਬਰਾਬਰੀ ਤੇ ਮਹਿੰਗਾਈ ਕਾਰਨ ਮੁਲਕ ਚ ਮੰਦੀ ਵਰਗੇ ਹਾਲਾਤ ਨੇ ਉਹਨਾਂ ਦਾਵਾ ਕੀਤਾ ਹੈ ਕਿ ਭਾਰਤ ਕਈ ਸਾਲਾਂ ਚ ਆਪਣੇ ਸਭ ਤੋਂ ਮੁਸ਼ਕਲ ਆਰਥਿਕ ਹਾਲਾਤ ਚੋਂ ਗੁਜ਼ਰ ਰਿਹਾ ਹੈ ਕਾਂਗਰਸ ਜਰਨਲ ਸਕੱਤਰ ਜੈਰਾਮ ਰਮੇਸ਼ ਨੇ ਇੱਕ ਬਿਆਨ ਚ ਕਿਹਾ ਕਿ ਜੇ ਹਾਲਾਤ ਨਾਲ ਹੁਣੇ ਹੀ ਗੰਭੀਰਤਾ ਨਾਲ ਨਹੀਂ ਸੰਜਿਆ ਗਿਆ ਤਾਂ ਆਉਂਦੇ ਸਾਲਾਂ ਚ ਵਿਕਾਸ ਨਹੀਂ ਹੋ ਲੱਗ ਸਕਦਾ ਭਾਜਪਾ ਦਫ਼ਤਰ ਕੇ ਰੰਜਾਂਦੇ ਆ ਵਰਕਰਾਂ ਤੇ ਪਾਣੀ ਦੀਆਂ ਬੁਝਾੜਾਂ ਚੰਡੀਗੜ੍ਹ ਪੁਲਿਸ ਨੇ ਪੰਜਾਬ ਵਿੱਚੋਂ ਪੁਰਾਣੇ ਅਨਾਜ ਦੀ ਟੀਮੀ ਲਿਫਟਿੰਗ ਕਾਰਨ ਝੋਨੇ ਦੀ ਖਰੀਦ 'ਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਦਾ ਘਰਾਓ ਕਰਨ ਪੁੱਜੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਜ਼ੀਰਾਂ ਤੇ ਪਾਣੀ ਦੀਆਂ 부ਛਾੜਾਂ ਮਾਰੀਆਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈ ਖਿੱਚ ਤੂ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਵੈન્સ ਦੀ ਪੱਗ ਲੱਤ ਗਈ ਪੁਲਿਸ ਨੇ ਲਗਭਗ ਅੱਧੀ ਦਰਜਨ ਮੰਤਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਮਨੀ ਚੋਣਾਂ 'ਚ ਪੰਜਾਬ ਦੀਆਂ 4 ਸੀਟਾਂ ਤੇ 45 ਉਮੀਦਵਾਰ ਮੈਦਾਨ 'ਚ ਪੰਜਾਬ 'ਚ 4 ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਲਈ 13 ਨਵੰਬਰ ਨੂੰ ਹੋ ਰਹੀਆਂ ਜਿਮਨੀ ਚੋਣਾਂ ਲਈ ਕੁੱਲ 45 ਉਮੀਦਵਾਰ ਮੈਦਾਨ 'ਚ ਨੇ ਤੇ ਇਹਨਾਂ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਿੱਦੜਬਾਹਾ ਤੋਂ ਆਜ਼ਾਦ ਉਮੀਦਵਾਰ ਜਗਮੀਤ ਸਿੰਘ ਬਰਾੜ ਬਰਨਾਲਾ ਤੋਂ ਗੁਰਪ੍ਰੀਤ ਸਿੰਘ ਤੇ ਡੇਰਾ ਬਾਬਾ ਨਾਨਕ ਤੋਂ ਸਿਮਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦੀਵਾਲੀ ਦੀਆਂ ਵਧਾਈਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵਲੀ ਸੰਧਿਆ ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਇਹ ਤਿਉਹਾਰ ਹਾਸੀਏ ਤੇ ਤੱਗੇ ਲੋਕਾਂ ਦੇ ਲੋੜਵੰਦਾਂ ਦੀ ਮਦਦ ਕਰਨ ਤੇ ਉਹਨਾਂ ਨਾਲ ਖੁਸ਼ੀਆਂ ਸਾਂਝਾ ਕਰਨ ਦਾ ਵੀ ਮੌਕਾ ਹੈ ਦੇਸ਼ ਵਿਦੇਸ਼ ਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਸਾਨੂੰ ਭਾਰਤ ਦੀ ਮਾਨਮਤੀ ਵਿਰਾਸਤ ਤੇ ਮਾਣ ਹੋਣਾ ਚਾਹੀਦਾ ਹੈ ਚੰਗਿਆਈ ਵਿੱਚ ਵਿਸ਼ਵਾਸ ਨਾਲ ਆਓ ਆਪਾਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ ਤੇ ਸੇਤਮਾਨ ਤੇ ਜ਼ਿੰਮੇਵਾਰ ਸਮਾਜ ਬਣਾਉਣ ਦਾ ਫੈਸਲਾ ਲਈਏ ਰਾਜਨਾਥ ਭਾਰਤ ਚੀਨ ਸਰਹੱਦ ਤੇ ਫੌਜੀਆਂ ਨਾਲ ਮਨਾਉਣਗੇ ਦੀਵਾਲੀ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ ਚੀਨ ਸਰਹੱਦ ਉਤੇ ਫੌਜੀਆਂ ਨਾਲ ਦੀਵਾਲੀ ਮਨਾਉਣਗੇ ਉਹ ਅਰੁਣਚਲ ਪ੍ਰਦੇਸ਼ ਦੇ ਤਵਾੰਗ ਜ਼ਿਲ੍ਹੇ ਦੀ ਆਪਣੀ ਫੇਰੀ ਦੌਰਾਨ ਮਿਊਜ਼ੀਅਮ ਦੇ ਉਦਘਾਟਨ ਤੋਂ ਇਲਾਵਾ ਸਰਹੱਦੀ ਜ਼ਿਲ੍ਹੇ ਵਿੱਚ ਭਾਰਤ ਰਤਨ ਸਰਦਾਰ ਵੱਲਪਾਈ ਪਟੇਲ ਦੇ ਬੁੱਤ ਦੀ ਢੁੰਡ ਚਕਾਈ ਵੀ ਕਰਨਗੇ। ਅਧਿਕਾਰੀਆਂ ਨੇ ਕਿਹਾ ਹੈ ਕਿ ਸਿੰਘ ਭਾਰਤ-ਚੀਨ ਸਰਹੱਦ ਉਤੇ ਤਾਇਨਾਤ ਫੌਜੀਆਂ ਨਾਲ ਦਿਵਾਲੀ ਮਨਾਉਣਗੇ ਇਸ ਮੌਕੇ ਮਣੀਪੁਰ ਦੇ ਮੁੱਖ ਮੰਤਰੀ ਐਨਵੀ ਰੇਨ ਸਿੰਘ ਵੀ ਮੌਜੂਦ ਰਹਿਣਗੇ ਅਰੁਣachal ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜਨਾਥ ਸਿੰਘ ਤੇ ਮਣੀਪੁਰ ਦੇ ਮੁੱਖ ਮੰਤਰੀ ਦਾ ਸੂਬੇ ਵਿੱਚ ਸਵਾਗਤ ਕੀਤਾ ਈਡੀ ਨੇ 185 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਕੀਤੀ ਵਾਪਸ ਇਡਿਨੇ ਕੀ ਹੈ ਕਿ ਉਸਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਗਰੁੱਪ ਨੂੰ 185 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵਾਪਸ ਕਰ ਦਿੱਤੀ ਹੈ। ਚੰਡੀਗੜ੍ਹ ਦੀ ਫਾਰਮਾਸਿਊਟੀਕਲ ਕੰਪਨੀ ਨੇ ਕਰਜ਼ਾ ਲੈ ਕੇ ਇਹਨਾਂ ਨਾਲ ਧੋਖਾਧੜੀ ਕੀਤੀ ਸੀ। ਇਹ ਮਾਮਲਾ ਸੂਰਿਆ ਫਾਰਮਾਸਿਊਟੀਕਲ ਲਿਮਿਟਿਡ ਨਾਲ ਸੰਬੰਧਿਤ ਹੈ। ਇਸ ਦੇ ਨਿਰਦੇਸ਼ਕ ਤੇ ਪ੍ਰੋਮੋਟਰ ਰਾਜੀਵ ਗੋਇਲ ਤੇ ਅਲਕਾ ਗੋਇਲ ਨੇ ਧੋਖਾਧੜੀ ਕਰਕੇ ਬੈਂਕਾਂ ਨੂੰ 828.50 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਸੀ। ਬਿਹਾਰ ਪੁਲਿਸ ਦੇ ਜਵਾਨਾਂ ਨਾਲ ਪਰਿਵਾਹਸ ਖੱਡ ਚ ਡਿੱਗੀ 29 ਜ਼ਖਮੀ ਬਿਹਾਰ ਦੀ ਵਿਸ਼ੇਸ਼ ਹਥਿਆਰਬੰਦ ਪੁਲਿਸ 18ਵੀਂ ਬਟਾਲੀਅਨ ਦੀ ਈ ਕੰਪਨੀ ਦੇ ਜਵਾਨਾਂ ਨਾਲ ਪਰਿਵਾਹਸ ਇੱਕ ਪ੍ਰਾਈਵੇਟ বাস ਦੇ ਖੜ ਕੰਡੇ ਖੱਡ ਚ ਡਿੱਗਣ ਕਾਰਨ 29 ਵਿਅਕਤੀ ਜ਼ਖਮੀ ਹੋ ਗਏ ਇਹ ਹਾਦਸਾ ਅੱਧੀ ਰਾਤ ਨੂੰ ਵਾਪਰਿਆ ਜਦੋਂ বাস ਬਿਹਾਰ ਦੇ ਸਿਵਾਨ ਵੱਲ ਜਾ ਰਹੀ ਸੀ ਪੁਲਿਸ ਕਰਮੀ ਦੀਵਾਲੀ ਤੇ ਛੱਠ ਤਿਹਾਰਾ ਮੌਕੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਡਿਊਟੀ ਤੇ ਜਾ ਰਹੇ ਸਨ ਮਹਾਰਾਸ਼ਟਰ ਵਿੱਚ ਭਾਜਪਾ 148 ਤੇ ਕਾਂਗਰਸ 103 ਸੀਟਾਂ ਤੇ ਲੜੇਗੀ ਚੋਣ ਸੱਤਾਧਾਰੀ ਭਾਜਪਾ ਮਹਾਰਾਸ਼ਟਰ ਵਿੱਚ 148 ਜਦਕਿ ਕਾਂਗਰਸ 103 ਵਿਧਾਨ ਸਭਾ ਸੀਟਾਂ ਤੇ ਚੋਣ ਲੜ ਰਹੀ ਹੈ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਸੱਤਾਧਾਰੀ ਮਹਾਯੁਤੀ ਦੇ ਨਾਲ-ਨਾਲ ਵਿਰੋਧੀ ਇਕੱਠਜੋੜ ਮਹਾਵਿਕਾਸ ਅਗਾੜੀ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਸਮੇਤ ਲਗਭਗ 8000 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਮੁੱਖ ਮੰਤਰੀ ਇਕਨਾਤ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ ਨੇ 80 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਨੇ ਜਦਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਐਨਸੀਪੀ ਵੱਲੋਂ 2 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ 53 ਉਮੀਦਵਾਰ ਸਰਕਾਰਾਂ ਨੇ ਨਾਮਜ਼ਦਗੀ ਭਰੀ ਹੈ ਸਿੱਕਮ ਜਿਮਨੀ ਚੋਣ ਚ ਐਸਕੇਐਮ ਦੇ ਦੋ ਉਮੀਦਵਾਰ ਬਿਨਾ ਵਿਰੋਧ ਚੁਣੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੇ ਉਮੀਦਵਾਰ ਆਦਿਤਿਆ ਗੋਲੇ ਤੇ ਸਤੀਸ਼ ਚੰਦਰ ਰਾਏ ਕਰਮਵਾਰ ਸੌਰੇਂਗ ਚਾਕੋਂਗ ਤੇ ਨਾਮਚੀ ਸੰਗੀਥਾਂਗ ਵਿਧਾਨ ਸਭਾ ਸੀਟਾਂ ਲਈ ਹੋਈ ਜਿਮਨੀ ਚੋਣ ਚ ਬਿਨਾ ਵਿਰੋਧ ਚੋਲੇ ਗਏ ਨੇ ਅਧਿਕਾਰੀਆਂ ਅਨੁਸਾਰ ਗੋਲੇ ਸੋਰੇਂਗ ਚਾਕੋਂਗ ਸੀਟ ਤੋਂ ਜਿਮਨੀ ਚੋਣ ਚ ਇੱਕੋ ਇੱਕ ਉਮੀਦਵਾਰ ਸਨ ਕਿਉਂਕਿ ਸਿੱਕਮ ਡੈਮੋਕ੍ਰੈਟਿਕ ਫਰੰਟ ਦੇ ਉਮੀਦਵਾਰ ਪ੍ਰੋਵਿੰਨ ਹੰਗ ਸੂਬਾ ਨੇ ਬੀਤੇ ਦਿਨ ਆਪਣੀ ਨਾਮਜ਼ਦਗੀ પાਪਸ ਲੈ ਲਈ ਸੀ ਕਿਸ਼ਤਵਾੜ ਵਿੱਚ ਅੱਗ ਲੱਗਣ ਕਾਰਨ ਚਾਰ ਘਰ ਤੇ ਦੁਕਾਨ ਨੁਕਸਾਨੀ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਗ ਲੱਗਣ ਨਾਲ ਚਾਰ ਕਰਤੇ ਇੱਕ ਦੁਕਾਨ ਨੁਕਸਾਨੀ ਗਈ ਹੈ ਅਧਿਕਾਰੀਆਂ ਨੇ ਕਿਹਾ ਕਿ ਦੇਰ ਰਾਤ ਕੁਛਲ ਇਲਾਕੇ ਵਿੱਚ ਇੱਕ ਘਰ ਨੂੰ ਅੱਗ ਲੱਗੀ ਜਿਸ ਨੇ ਨੇੜਲੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸਥਾਨਕ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਬਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਆਗੂ ਤੇ ਬਹੁਤ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਪਰ ਚਾਰ ਕਰਤੇ ਇੱਕ ਦੁਕਾਨ ਨੁਕਸਾਨੀ ਗਈ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਇਸ ਬਲੇਟਨ ਦੇ ਸਪான்ਸਰਸ ਹਨ ਸ਼ੇਅਰ ਆਟਾ ਮੇਡ ਇਨ ਕੈਨੇਡਾ ਐਂਡ ਤੋਬਾ ਸਵੀਟਸ ਐਂਡ ਰੈਸਟੋਰੈਂਟ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ